ਤੂੰ ਚਿੱਟਾ ਕਿਹਦੇ ਸਿਰ ਤੇ ਵੇਚਦਾ? ਪਾਣੀ ਛੱਡ ਦੇ ਕਿਹਦੇ ਸਿਰ ਤੇ ਵੇਚਦਾ ਚਿੱਟਾ ਤੂੰ? ਸੀਆਈਏ ਵਾਲੇ ਨੂੰ ਦਿੰਦਾ ਵੀਰੇ ਮੰਮੀ ਨੂੰ ਕੀ ਨਾਂ ਕੀ ਆ? ਸੁਖਵਿੰਦਰ ਸਿੰਘ। ਆ ਦੇਖ ਲਓ ਵੀਰੇ, ਤੇਰੇ ਕੋਲ ਚਿੱਟਾ ਕਿੱਦਾਂ ਲੈ ਗਿਆ? 22 ਫਰਵਰੀ ਨੂੰ ਉਹਦਾ ਆਇਆ ਸੀਗਾ ਫੋਨ, ਠੀਕ ਆ ਜੀ, ਉਦੋਂ ਉਹਨੂੰ ਦਿੱਤਿਆ ਪੈਸੇ। ਆ ਤੁਹਾਡੇ ਸਾਹਮਣੇ ਕਾਲ ਚਿੱਟਾ ਕਿੱਦਾਂ ਲੈ ਗਿਆ ਕੋਲ? ਉਦੋਂ ਹੀ ਲੈ ਗਿਆ, ਮੇਰੇ ਨਾਲ ਨਹੀਂ ਪੀਤਾ, ਲੈ ਕੇ ਜ਼ਰੂਰ ਜਾਂਦਾ ਮੇਰੇ ਤੋਂ ਜਦੋਂ ਪੈਸੇ ਲੈਣ ਆਉਂਦਾ ਵਾ ਉਦੋਂ ਲੈ ਕੇ ਜਾਂਦਾ ਵਾ, 1000 ਦਾ 1500 ਯਾਨੀ ਕਿ। ਮਾਛੀਵਾੜਾ ਸਾਹਿਬ ਦੇ ਪਿੰਡ ਚੱਕੀ ਦੇ ਲੋਕਾਂ ਨੇ ਨਸ਼ਾ ਖਿਲਾਫ ਖੁਦ ਬੀੜਾ ਚੁੱਕਦੇ ਹੋਏ ਪਿੰਡ ਦੇ ਵਿੱਚ ਨਸ਼ਾ ਵੇਚਣ ਆਏ 3 ਤਸਕਰਾਂ ਨੂੰ ਕਾਬੂ ਕਰ ਲਿਆ। ਮਾਹੌਲ ਉਸ ਵਕਤ ਤਣਾਅਪੂਰਨ ਹੋ ਗਿਆ ਜਦੋਂ ਇਹਨਾਂ ਦੇ ਵਿੱਚੋਂ 1 ਤਸਕਰ ਨੇ ਕੈਮਰੇ ਸਾਹਮਣੇ ਸਵੀਕਾਰ ਕੀਤਾ ਕਿ ਉਹ 1 ਪੁਲਿਸ ਅਧਿਕਾਰੀ ਦੇ ਸਹਿਯੋਗ ਨਾਲ ਚਿੱਟਾ ਵੇਚਦਾ ਅਤੇ ਪੁਲਿਸ ਨੂੰ ਮਹੀਨਾ ਵੀ ਦਿੰਦਾ। ਇੱਥੋਂ ਤੱਕ ਕਿ ਇਸ ਤਸਕਰ ਨੇ ਇਹ ਵੀ ਕਿਹਾ ਕਿ ਪੁਲਿਸ ਮੁਲਾਜ਼ਮ ਖੁਦ ਉਸਦੇ ਕੋਲੋਂ ਚਿੱਟਾ ਲੈਂਦੇ ਹੈ। ਤੂੰ ਚਿੱਟਾ ਕਿਹਦੇ ਸਿਰ ਤੇ ਵੇਚਦਾ? ਪਾਣੀ ਛੱਡ ਦੇ ਤੂੰ ਬੋਲ ਪਹਿਲਾਂ ਦੇ ਮੜਿਆ ਕਿਹਦੇ ਸਿਰ ਤੇ ਵੇਚਦਾ ਚਿੱਟਾ ਤੂੰ? ਹਾਂਜੀ ਕੌਣ ਆ ਦੇਖੋ? ਸੀਆਈਏ ਵਾਲੇ ਨੂੰ ਦਿੰਦਾ ਵੀਰੇ ਮੰਮੀ ਨੂੰ ਕੀ ਨਾਂ ਕੀ ਆ? ਸੁਖਵਿੰਦਰ ਸਿੰਘ। ਸੁਖਵਿੰਦਰ ਸਿੰਘ ਸੀਆਈਏ ਚ ਕਹਿੰਦੇ ਕੀ ਆ? ਹਾਂਜੀ ਹਾਂਜੀ ਸੀਆਈਏ ਚ। ਉਹਨੂੰ ਗੱਡੀ ਕਿਹੜੀ ਆ ਦੇਖੋ? ਗੱਡੀ ਉਹਦੇ ਕੋਲ ਸਿਕਿਉਰਟੀ ਵੀ ਆ, ਸਵਾਰੀ ਚ ਵੀ ਆਉਂਦੇ ਆ। ਕਦੋਂ ਕਦੋਂ ਆਏ ਤੇਰੇ ਕੋਲ? ਮੇਰੇ ਕੋਲ ਵੀਰੇ ਪਿਛਲੇ ਮਹੀਨੇ ਆਏ ਸੀਗੇ। ਪਿਛਲੇ ਮਹੀਨੇ 3-4 ਪਹਿਲਾਂ ਸਵਾਰੀ ਮੈਂ ਦੇਖੀ ਤੇਰੇ ਘਰ ਮੂਹਰੇ ਆ ਦੇਖ ਲੋ ਵੀਰੇ, ਤੇਰੇ ਕੋਲ ਚਿੱਟਾ ਕਿੱਦਾਂ ਲੈ ਗਿਆ? 22 ਫਰਵਰੀ ਨੂੰ ਉਹਦਾ ਆਇਆ ਸੀਗਾ ਫੋਨ, ਠੀਕ ਆ ਜੀ, ਉਦੋਂ ਉਹਨੂੰ ਦਿੱਤਿਆ ਪੈਸੇ। ਆ ਤੁਹਾਡੇ ਸਾਹਮਣੇ ਕਾਲ ਚਿੱਟਾ ਕਿੱਦਾਂ ਲੈ ਗਿਆ ਦੇਖੋ? ਉਦੋਂ ਹੀ ਲੈ ਗਿਆ। ਨਹੀਂ ਉਹ ਤੋਂ ਬਾਅਦ ਨੀ ਸੌਣ ਲੱਗੇ, ਝੂਠ ਨੀ ਬੋਲਦਾ ਕੋਈ ਕੋਈ ਵੀ। ਕਿੰਨੀ ਵਾਰੀ ਪੀਤਾ ਉਹਨੇ? ਮੇਰੇ ਨਾਲ ਨੀ ਪੀਤਾ, ਲੈ ਕੇ ਜ਼ਰੂਰ ਜਾਂਦਾ ਮੇਰੇ ਤੋਂ ਜਦੋਂ ਪੈਸੇ ਲੈਣ ਆਉਂਦਾ ਵਾ ਉਦੋਂ ਲੈ ਕੇ ਜਾਂਦਾ ਵਾ। 1000 ਦਾ 1500 ਯਾਨੀ ਕਿ 15-20 ਮਿਲੀ। ਹਾਂਜੀ ਕੀ ਨਾਂ? ਸੁਖਵਿੰਦਰ ਸਿੰਘ ਆ ਵੀਰੇ। ਸੁਖਵਿੰਦਰ ਸਿੰਘ ਹਾਂਜੀ, ਕਿੱਥੇ ਜੋਬ ਕਰਦਾ? ਉਹ ਸੀਆਈਏ ਮਤਲਬ ਖੰਨੇ ਆ ਲੁਧਿਆਣੇ ਆ ਜੀ। ਉਥੇ ਇਸ ਮਾਮਲੇ ਨੂੰ ਲੈ ਕੇ ਜਦੋਂ ਪਿੰਡ ਚੱਕੀ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕੀ ਕਿਹਾ ਆਓ ਜਾਣਦੇ ਆ। ਬਾਈ ਜੀ ਕੀ ਨਾਂ ਤੁਹਾਡਾ? ਗੁਰਪ੍ਰੀਤ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਚੱਕੀ ਜੀ। ਜਿਹੜੇ ਤੁਸੀਂ ਰਾਤੀ ਸਮੈਕ ਵਾਲੇ ਫੜੇ ਗਏ ਆ, ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਵੀ ਉਹ ਬੰਦੇ ਸਮੈਕ ਵੇਚਣ ਆਏ? ਤਕਰੀਬਨ 10 ਦਿਨ ਤੋਂ ਪਿੰਡ ਦੇ ਵਿੱਚ ਗੱਡੀਆਂ ਮੋਟਰਸਾਈਕਲ ਬਹੁਤ ਜ਼ਿਆਦਾ, ਕੋਈ ਆ ਗਿਆ ਕੋਈ ਚਲਾ ਗਿਆ, ਕੋਈ ਆ ਗਿਆ ਕੋਈ ਚਲਾ ਗਿਆ, ਇੱਦਾਂ ਲੱਗਿਆ ਹੋਇਆ ਸੀਗਾ। ਅਤੇ ਪਿੰਡ ਵਾਲਿਆਂ ਨੂੰ ਸ਼ੱਕ ਹੋ ਗਿਆ ਵੀ ਕੋਈ ਨਾ ਕੋਈ ਗਲਤ ਕੰਮ ਹੋ ਰਿਹਾ, ਜਿਹਦੀ ਬਦੌਲਤ ਪਿੰਡ ਵਾਲਿਆਂ 'ਤੇ ਸਾਰੇ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ। ਨਿਗ੍ਹਾ ਰੱਖਣ ਤੋਂ ਬਾਅਦ ਪਤਾ ਚੱਲਿਆ ਵੀ ਇਹ ਬੰਦੇ ਸਮੈਕ ਦਾ ਕੰਮ ਕਰ ਰਹੇ। ਕੰਮ ਕਰਨ ਤੋਂ ਜਦੋਂ ਕੰਮ ਕਰਦੇ ਰਹੇ, ਲੋਕਾਂ ਨੇ ਪੂਰੀ ਨਿਗ੍ਹਾ ਰੱਖਣੀ ਸ਼ੁਰੂ ਕੀਤੀ, ਤਾਂ ਇਹ ਕੱਲ੍ਹ ਇਹ ਤਕਰੀਬਨ ਰਾਤੀਂ 6:30 ਵਜੇ ਦੇ ਕਰੀਬ ਪਿੰਡ ਆਏ ਇਹ ਸਮਾਨ ਲੈ ਕੇ। ਮਗਰ ਹੀ 2-3 ਬੰਦੇ ਇਹਨਾਂ ਦੇ ਹੋਰ ਲੈਣ ਵਾਲੇ ਸੀਗੇ ਜਿਹਨਾਂ ਨੂੰ ਡਿਲੀਵਰੀ ਕਰਨੀ ਸੀਗੀ, ਅਤੇ ਸਾਰਾ ਪਿੰਡ ਨੇ ਇਕੱਠਾ ਹੋ ਕੇ ਇਹਨਾਂ ਨੂੰ ਘੇਰਾ ਪਾ ਲਿਆ। ਘੇਰਾ ਪਾਉਣ ਤੋਂ ਬਾਅਦ ਇਹਨਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ 'ਚ ਇਹਨਾਂ ਦੀ ਜੇਬ ਦੇ ਵਿੱਚੋਂ ਕੰਡਾ, ਸਮਾਨ, ਸਾਰਾ ਕੁਛ ਮਤਲਬ ਜੋ ਹੁੰਦਾ ਸਿਸਟਮ ਇਹਨਾਂ ਦਾ ਟੋਟਲੀ ਇਹਨਾਂ ਦੇ ਕੋਲ ਸੀਗਾ। ਉਸ ਤੋਂ ਬਾਅਦ ਅਸੀਂ SSP ਸਾਹਿਬ ਨੂੰ ਕਾਲ ਕੀਤੀ ਖੰਨਾ ਸਾਹਿਬ ਨੂੰ, ਉਹਨਾਂ ਨੇ ਸਾਡੇ ਕੋਲ ਜਦੇ ਆਪਣੀ ਫੋਰਸ ਭੇਜੀ, ਫਿਰ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਗਈ, ਉਹਦੇ ਵਿੱਚੋਂ ਵੀ ਸਮਾਨ ਬਰਾਮਦ ਹੋਇਆ।
ਤਿੰਨ ਬੰਦੇ ਸੀਗੇ। ਹਾਂਜੀ ਆਪ ਪੀ ਵੀ ਰਹੇ ਸੀ ਗੱਡੀ 'ਚ ਬੈਠੇ ਜੀ। ਇਹ ਕੁਛ ਪਤਾ ਲੱਗਿਆ ਵੀ ਕਿੱਥੋਂ ਸਮਾਨ ਲੈ ਕੇ ਆਉਂਦੇ? ਜੋ ਇਹਨਾਂ ਨੇ ਸਾਨੂੰ ਦੱਸਿਆ ਸੀ, ਤੁਹਾਨੂੰ ਵੀਡੀਓ ਸਾਰੀਆਂ ਦਿੱਤੀਆਂ ਵੀ ਨਵੇਂ ਸ਼ਹਿਰ ਤੋਂ ਅਸੀਂ ਸਮਾਨ ਲੈ ਕੇ ਆਉਂਦੇ ਹਾਂ, ਵੀ ਇੱਥੇ ਪਿੰਡਾਂ 'ਚ ਆ ਕੇ ਸਪਲਾਈ ਕਰਦੇ ਹਾਂ। ਤੁਹਾਡੇ ਪਿੰਡ ਦੇ ਕੋਈ ਸ਼ਖਸ ਵੀ ਨਸ਼ਾ ਕਰਦੇ ਜਿਹਨਾਂ ਕੋਲ ਆਏ ਸੀ? ਹਾਂਜੀ ਤਿੰਨ ਬੰਦੇ ਕਰਦੇ ਨੇ, ਹੋਰ ਜੀ ਹੁਣ ਪਿੰਡੋਂ ਭੱਜੇ ਹੋਏ ਨੇ। ਕਿੰਨੇ ਕੁ ਟਾਈਮ ਤੋਂ ਤੁਹਾਡੇ ਪਿੰਡ ਦੇ ਵਿੱਚ ਆ ਰਹੇ ਨੇ ਇਹ ਮੁੰਡੇ? ਇਹਨਾਂ ਨੂੰ ਤਕਰੀਬਨ 10-15 ਦਿਨ ਤੋਂ ਲੱਗੇ ਹੋਏ ਸੀ ਜੀ। ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਨੂੰ ਇਹਦੀ ਕੰਪਲੇਂਟ ਕਰ ਦਿੱਤੀ ਗਈ? ਪ੍ਰਸ਼ਾਸਨ ਨੂੰ ਅਸੀਂ ਕੰਪਲੇਂਟ ਕੀਤੀ, ਪ੍ਰਸ਼ਾਸਨ ਨੇ ਮੌਕੇ 'ਤੇ ਆ ਕੇ ਐਫ ਆਈ ਆਰ ਦਰਜ ਕਰ ਲਈ ਜੀ, ਬੰਦਿਆਂ ਨੂੰ ਜੇਲ੍ਹ ਭੇਜ ਦੇਣਗੇ। ਫਿਲਹਾਲ ਪੁਲਿਸ ਨੇ ਇਹਨਾਂ ਤਿੰਨ ਤਸਕਰਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਕਾਰ ਦੀ ਤਲਾਸ਼ੀ ਲੈਣ ਉਪਰੰਤ ਡੈਸ਼ਬੋਰਡ ਵਿੱਚੋਂ 9 ਗ੍ਰਾਮ ਸਮੈਕ ਬਰਾਮਦ ਹੋਈ ਸੀ ਅਤੇ ਤਿੰਨਾਂ ਤਸਕਰਾਂ ਦੇ ਖਿਲਾਫ਼ 10 ਗ੍ਰਾਮ ਸਮੈਕ ਦਾ ਮੁਕੱਦਮਾ ਦਰਜ ਕਰਕੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰਪੰਚ ਗੁਰਪ੍ਰੀਤ ਸਿੰਘ ਸਾਬਕਾ ਜਿਹੜੇ ਆਪਣੇ ਪਿੰਡ ਚੱਕੀ ਦੇ ਆ, ਉਹਨਾਂ ਟੈਲੀਫੋਨ 'ਤੇ ਏਐਸਸੀ ਜਰਨੈਲ ਸਿੰਘ ਨੂੰ ਸਲਾਹ ਦਿੱਤੀ। ਸਰ ਕਦੋਂ ਤੋਂ ਕੰਮ ਕਰ ਰਹੇ ਸੀਗੇ? ਇਹਦੇ ਦੱਸਣ ਮੁਤਾਬਕ, ਜਿਹੜਾ ਗੁਰਪ੍ਰੀਤ ਸਿੰਘ ਦੱਸਣ ਮੁਤਾਬਕ ਕਿ ਇਹ ਸਮੈਕ ਵਗੈਰਾ ਲੈ ਕੇ ਆਉਂਦਾ ਅਤੇ ਲਿਆ ਕੇ ਅੱਗੇ ਜਿਹੜੇ ਲਵਪ੍ਰੀਤ ਹੈ ਅਤੇ ਸੁਖਪ੍ਰੀਤ ਸਿੰਘ ਹੈ, ਇਹ ਅੱਗੇ ਪਬਲਿਕ ਦੇ ਵਿੱਚ ਇਹ ਅੱਗੇ ਸਪਲਾਈ ਕਰਦੇ ਨਾਲ। ਕਿੱਥੋਂ ਇਹ ਲੈ ਕੇ ਆਉਂਦੇ? ਇਹ ਹੁਸ਼ਿਆਰਪੁਰ ਦਾ ਕੋਈ ਬੰਦਾ ਹੈ, ਉੱਥੋਂ ਲੈ ਕੇ ਆਉਂਦੇ ਆ। ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੋਊਗਾ, ਬਸ ਇਹੀ ਤੁਹਾਨੂੰ ਦੱਸਣਾ। ਜਿਹਨਾਂ ਦੇ ਘਰ ਦੇ ਵਿੱਚ ਇਹ ਮੰਡ ਰਹੇ ਸੀਗੇ, ਵੇਚ ਰਹੇ ਸੀ, ਤਾਂ ਉਹ ਸ਼ਖਸ ਵੀ ਤਾਂ ਅਸੀਂ ਕਰ ਦੂੰਗੇ? ਉਹਨਾਂ ਦਾ ਲੜਕਾ ਹੀ ਹੈ ਸੁਖਪ੍ਰੀਤ ਸਿੰਘ, ਪੁੱਤਰ ਸਾਹਿਬ ਸਿੰਘ, ਜਿਹੜਾ ਕਿ ਉਹ ਪਿੰਡ ਚੱਕੀ ਦਾ ਹੀ ਹੈ। ਅਤੇ ਇਹ ਦੋ ਲੜਕੇ ਜਿਹੜੇ ਗੁਰਪ੍ਰੀਤ ਅਤੇ ਆਪਣਾ ਲਵਪ੍ਰੀਤ ਹੈ, ਇਹ ਪਿੰਡ ਮਾਣੇਵਾਲ ਦੇ ਆ। ਸਰ ਇਹ ਆਪ ਵੀ ਨਸ਼ਾ ਕਰਨ ਦੇ ਆਦੀ ਨੇ? ਹਾਂ, ਜਿਹੜਾ ਗੁਰਪ੍ਰੀਤ ਸਿੰਘ ਹੈ ਇਹ ਨਸ਼ਾ ਕਰਦਾ, ਦੂਸਰੇ ਮੁੰਡੇ ਜੇ ਨਸ਼ਾ ਕਰਦੇ ਹੋ ਸਕਦੇ ਥੋੜ੍ਹਾ ਬਹੁਤਾ, ਪਰ ਇੰਨਾ ਨਹੀਂ ਕਰਦੇ ਕਰਦੇ। ਦੱਸ ਦਈਏ ਕਿ ਜਦੋਂ ਲੋਕਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਂਦਾ ਹੈ ਤਾਂ ਉਹ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਹੈ, ਇਸ ਭਰੋਸੇ ਦੇ ਨਾਲ ਕਿ ਉਹ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਐਕਸ਼ਨ ਲੈ ਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਇੱਕ ਵੱਡਾ ਯੋਗਦਾਨ ਪਾਉਣਗੇ। ਪਰ ਜੋ ਇਹ ਅੱਜ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਵੱਡੀ ਖੁਲਾਸੀ ਕੀਤੀ ਗਈ ਹੈ, ਉਸ ਦੇ ਨਾਲ ਕਾਫੀ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਪੁਲਿਸ ਪ੍ਰਸ਼ਾਸਨ ਵੀ ਜੇਕਰ ਨਸ਼ਾ ਤਸਕਰਾਂ ਦੇ ਨਾਲ ਮਿਲੀ ਰਹੇਗੀ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਕਿਸ ਤਰੀਕੇ ਦੇ ਨਾਲ ਖਤਮ ਹੋਵੇਗਾ। ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪੁਲਿਸ ਅਧਿਕਾਰੀਆਂ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਨਹੀਂ। D5 ਚੈਨਲ ਪੰਜਾਬੀ ਲਈ ਮਾਛੀਵਾੜਾ ਸਾਹਿਬ ਤੋਂ ਧਰਮਿੰਦਰ ਸਿੰਘ ਦੀ ਰਿਪੋਰਟ। D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ।